सब्सक्राइब करें हमारा YouTube चैनल और जरूर दबाएं एक घंटा ताकि आपको मिलते रहें लेटेस्ट खबरों की नोटिफिकेशंस। फिलौर में दिन दहाड़े गाड़ी से बैटरी चोरी करते हुए एक चोर को लोगों ने पकड़ा। दिन दहाड़े करते हुए चोरी इस चोर को पकड़ने के बाद लोगों ने पुलिस को बुला लिया। लोगों ने बताया कि इससे पहले भी उनके घर से सिलेंडर और कई सामान चोरी होने की सूचनाएं सामने आती रही हैं और ऐसी घटनाएं लगातार हो रही थी। इसके बाद लोगों ने आज बैटरी चोरी करते हुए इस चोर को पकड़ लिया और पुलिस के हवाले कर दिया। फिलौर से राजकुमार नंगल की रिपोर्ट। आज फड़े चोर फड़े की करना ਇੱਦਾਂ ਜੀ ਸਾਡੇ ਅੱਜ ਪਿੰਡ ਦਾ ਖਹਿਰਾ ਵਿਖੇ ਗੁਰਦੁਆਰਾ ਟਾਹਲੀ ਸਾਹਿਬ ਦੇ ਨਾਲ ਟੈਂਪੂ ਖੜਾ ਸੀਗਾ ਡਾਕੀ ਦਾ ਉਹ ਜਿਸ ਵੇਲੇ ਲੜਕਾ ਦੇਖ ਰਿਹਾ ਸੀ ਉਸ ਬੈਟਰਾ ਕੱਢਦੇ ਨੂੰ ਉਸਨੇ ਆ ਕੇ ਡਾਕੀ ਨੂੰ ਪੁੱਛਿਆ ਵੀ ਤੁਹਾਡਾ ਬੈਟਰਾ ਕੋਈ ਕੱਢ ਰਿਹਾ ਫੋਨ ਕੱਢ ਰਿਹਾ ਕਹਿੰਦਾ ਕੋਈ ਨਹੀਂ ਪਤਾ ਮੈਨੂੰ ਜਦ ਦੇਖਿਆ ਉਹ ਚੋਰ ਬੈਟਰਾ ਲਾ ਰਿਹਾ ਸੀਗਾ ਅਤੇ ਉੱਥੋਂ ਜਾ ਕੇ ਕਾਬੂ ਕੀਤਾ ਗਿਆ ਉਹਨੂੰ ਅਤੇ ਉਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਸਾਡੇ ਸਿਲੰਡਰ ਚੋਰੀ ਹੋ ਗਿਆ ਸੀਗਾ ਜੀ ਉਹ ਵੀ ਉਹਨੇ ਬਰਾਮਦ ਕੀਤਾ ਵੀ ਮੈਂ ਕੱਢਿਆ ਚੁੱਕਿਆ ਸਿਲੰਡਰ ਅਤੇ ਹੁਣ ਪੁਲਿਸ ਆਈ ਆ ਉਹ ਲੈ ਕੇ ਅੱਗੇ ਕਾਰਵਾਈ ਨੂੰ ਪੁੱਛਿਆ ਕਰੂੰਗਾ ਉਹ ਸਾਰੇ ਚੋਰੀ ਕਰ ਰਹੇ ਹੈਗਾ ਕਿਸੇ ਬੈਟਰੀ ਲਾ ਲਏ ਗੱਡੀ ਦੀ ਕਿੱਥੇ ਚੋਰੀ ਕੀਤੀ ਸਾਰਾ ਪਿੰਡ ਦੀ ਖੈਰੀ ਖੈਰੀ ਕੋਟਵਾਲੇ ਕੋਲ ਜੀ ਅੱਛਾ ਪਿੰਡ ਵਾਲੇ ਨੇ ਫੜਿਆ ਜੀ ਅੱਛਾ ਚਲੋ ਅਸੀਂ ਇਹਨੂੰ ਫੜ ਲੈਣੇ ਹਾਂ ਕੀ ਕਾਰਵਾਈ ਕਰ ਰਹੇ ਅੱਗੇ ਥਾਣੇ ਵਾਲੇ ਕਾਰਵਾਈ ਕਰਨੇ ਕਿਤੇ ਠੀਕ